चैनल बने हुए अपना और भाई कहना चाहिए झाड़ के कटाई से जावे ठा थले जाके कम डिगना है। इस दिन
ਹੁਣ ਇਸ ਤੋਂ ਇਲਾਵਾ ਜਦੋਂ ਆਪਾਂ ਹੁਣ ਆਪਾਂ ਝੋਨਾ ਲਾ ਰਹੇ ਹਾਂ, ਝੋਨਾ ਲਾਉਣ ਤੋਂ ਬਾਅਦ ਜਦੋਂ ਵੀ ਮੇਰੇ ਤੁਸੀਂ ਖੇਤਾਂ ਦੇ ਪਹਿਲੀ ਯੂਰੀਆ ਪਾ ਰਹੇ ਹੋ, ਧਿਆਨ ਨਾਲ ਗੱਲ ਨੂੰ ਸੁਣਨਾ, ਯੂਰੀਆ ਤੇ ਪੈਂਦੀ ਕਿਲੋ ਲਓ, ਪਾਣੀ ਮਿਲਾਓ, ਫਿਰ ਜਿੰਦਾ ਜੀ ਤੇ ਪੋਸਟਾਂ ਨੇ ਗੋਲ ਗੋਲ ਨੂੰ ਮਿਲਾ ਕੇ ਖੇਤ ਦੇ ਵਿੱਚ ਚੁੱਟਾ ਦੇ ਦਿਓ। ਕੋਈ ਨਾਇਕ ਬੋਲਦਾ ਸੀ ਕਹਿੰਦਾ ਸਿਰ ਦੇ ਵਾਲ ਜਿਹਨਾਂ ਨੇ ਦੇ ਕੇ ਆਏ ਨੇ, ਜਿੱਥੇ ਵੀ ਤੁਸੀਂ ਜਿੰਦਾ ਜੀ ਤੇ ਪੋਸਟਾਂ ਨੇ ਗੋਲ ਪਾਓਗੇ, ਦਸਵੇਂ ਦਿਨ ਬੂਟਾ ਫੜ ਕੇ ਦੇਖੋਗੇ, ਸ਼ਹਾਵਤ ਨੇ ਵਧਣੇ ਸ਼ੁਰੂ ਹੋ ਗਏ ਤੇ ਭਾਈ ਸਾਹਿਬ ਝਾੜ ਬਦਲ ਤੋਂ ਕੋਈ ਵੀ ਨਹੀਂ ਰੁਕ ਸਕਦਾ। ਹੁਣ ਤੁਹਾਡੇ ਸਾਹਮਣੇ ਜਿਹੜੇ ਮੈਂ ਪਾਣੀ ਦੇ ਜਾਰ ਭਰ ਕੇ ਰੱਖੇ ਆ, ਦੇਖੋ ਆਪਾਂ ਵੀ ਮੇਰੇ ਇੰਨੇ ਜਿਹੜੇ ਇੱਥੇ ਬੈਠੇ ਆ, ਆਪਣਾ ਸਾਨੂੰ ਤਾਂ ਸਰੀਰ ਅੰਦਰ ਉੱਤੋਂ ਪਰ ਸਭ ਦੀ ਕੁਆਲਿਟੀ ਸਭ ਦੇ ਗੁਣ ਅਲੱਗ ਅਲੱਗ, ਕਿਸੇ ਦੇ ਵਿੱਚ 4 ਗੁਣ ਵੱਧ ਹੈ, ਕਿਸੇ ਦੇ ਵਿੱਚ 5 ਗੁਣ। ਵੀਰ ਮੇਰੇ 2 ਮਿੰਟ ਪਲੀਜ਼, ਤੋਂ ਪਰ 2 ਮਿੰਟ ਦੀ ਗੱਲ, 2 ਗੁਣ ਵੱਧ ਹੈ। ਦੇਖੋ ਜਿਹੜੀ ਅਸਲੀ ਸੱਤਰ ਹੈ, ਤੁਸੀਂ ਦੁਕਾਨਦਾਰਾਂ ਨੂੰ ਇਹਨਾਂ ਨੇ ਪੈਸੇ ਦੇ ਕੇ ਆ ਰਹੇ ਹੋ, ਘੱਟ ਤੋਂ ਘੱਟ ਵੀਰ ਮੇਰੇ ਚੀਜ਼ ਅਸਲੀ ਤੇ ਵਧੀਆ ਤਾਂ ਲੈ ਕੇ ਉਹ ਜਿਹੜੀ ਆਪਾਂ ਨੂੰ ਇੱਕ ਵਾਰੀ ਪਾਉਣ ਦੀ ਲੋੜ ਪਊਗੀ। ਅਗਰ ਆਪਾਂ ਘਟਿਆ ਚੀਜ਼ ਲਿਆ ਕੇ ਆਵਾਂਗੇ, ਹੋ ਸਕਦਾ ਆਪਾਂ ਨੂੰ ਉਹ ਚੀਜ਼ 2 ਵਾਰੀ ਪਾਣੀ ਪਵੇ। ਜਿਹੜੀ ਅਸਲੀ ਸਲਫਰ ਹੈ, ਨੰਬਰ 1 ਤੇ ਫੈਦੀ ਖੋਲ ਕੇ ਦੇਖੋ, ਇਹ ਬਿਲਕੁਲ ਪਿਓਰ ਭੂਰੇ ਰੰਗ ਦੀ ਹੋਏਗੀ। ਦੂਜੇ ਨੰਬਰ ਤੇ ਇਹਨੂੰ ਤੁਸੀਂ ਵੀਰ ਮੇਰੇ ਕਾਗਜ਼ 'ਚ ਰੱਖ ਕੇ ਅੱਗ ਲਾ ਦਿਓ, ਜਿਹੜੀ ਸੜ ਗਈ ਉਹ ਸਲਫਰ ਹੈ, ਜਿਹੜੀ ਥੱਲੇ ਪਈ ਰਹੇਗੀ ਉਹ ਮਿੱਟੀ ਹੈ। ਕੀ ਕਿਹਾ ਸਭ ਤੋਂ ਵਧੀਆ ਤਾਂ ਆਸਾਨ ਤਜਰਬਾ, ਜੇ ਲਾਗ ਦੇ ਵਿੱਚ ਨਹੀਂ ਕਰਨਾ, ਕੰਚ ਜਾਂ ਪਲਾਸਟਿਕ ਦੀ ਬੋਤਲ ਲੈ ਲਓ ਤੇ ਇਹਦੇ ਵਿੱਚ ਵੀਰ ਮੇਰੇ ਸਲਫਰ ਪਾਉਣਾ ਸ਼ੁਰੂ ਕਰ ਦਿਓ। ਆਹ ਘੁੱਲ ਗਈ ਜਿਹੜੀ ਅਸਲੀ ਸਲਫਰ ਹੈ, ਉਹ ਤਾਂ ਘੁੱਲ ਗਈ, ਜਿਹੜਾ ਰੇਤਾ ਜਾ ਕੇ ਥੱਲੇ ਬਹਿ ਜੂਗਾ। ਅਗਰ ਭਾਈ ਸਾਹਿਬ ਆਪਾਂ ਕੋਈ ਵੀ ਜਾਣੇ, ਜਿਸ ਤਰ੍ਹਾਂ ਪੋਸਾ ਨੇ ਗੋਲਡ ਦਾ ਰੇਟ 100 ਰੁਪਏ ਕਿਲੋ ਹੈ, ਕੋਈ ਵੀ ਜ਼ਮੀਦਾਰ ਭਰਾ 80 ਰੁਪਏ ਕਿਲੋ ਲੈ ਕੇ ਆਉਂਦੇ ਹੈ, ਅਗਰ ਉਹ ਥੱਲੇ ਬੈਠ ਜਾਂਦੀ ਹੈ, ਪਹਿਲੀ ਗੱਲ ਕਹਿੰਦੀ ਮੈਂ 6 ਕਿਲੋ ਪਾਣੀ ਪਊਗੀ, ਦੂਜੀ ਗੱਲ ਉਹਨਾਂ ਨੂੰ 80 ਕਿਲੋ 80 ਰੁਪਏ ਕਿਲੋ ਨਹੀਂ, ਉਹਨਾਂ ਨੂੰ 160 ਰੁਪਏ ਕਿਲੋ ਰੇਟ ਦਾ। ਇਹਦਾ ਜਿਹੜਾ ਅਸਰ ਹੈ ਉਹ 1.5 ਮਹੀਨਾ 45 ਦਿਨ ਤੱਕ ਰਹੂਗਾ, ਉਸ ਤੋਂ ਬਾਅਦ ਇਹਦਾ ਅਸਰ ਖਤਮ ਹੋ ਜੂਗਾ। ਦੂਜੇ ਨੰਬਰ 'ਤੇ ਇਹਨੂੰ ਆਪਾਂ ਥੱਲੇ ਜ਼ਮੀਨ ਦੇ ਵਿੱਚ ਥੱਲੇ ਪਾਉਣੀ ਹੈ, ਕਹਿੰਦੀ ਵੀਰ ਮੇਰੇ ਸਪਰੇ ਬਿਲਕੁਲ ਨਹੀਂ ਕਰਨੀ। ਜਦੋਂ ਬਰਫ਼ ਨੂੰ ਹੱਥ ਦੇ ਫੜੀਏ ਠੰਡੀ ਹੁੰਦੀ ਹੈ, ਪਾਣੀ ਪੀਏ ਤਾਂ ਉਹਦਾ ਨੁਕਸਾਨ ਕਰਦਾ, ਗਰਮ ਹੁੰਦਾ। ਅਗਰ ਤੁਸੀਂ ਇਹਦੀ ਸਪਰੇ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਦਾ ਟੈਂਪਰੇਚਰ ਚੱਲ ਰਿਹਾ, ਆਪਣਾ ਗੜਬੜ ਹੋ ਸਕਦਾ, ਥੱਲੇ ਪਾਉਣੀ ਹੈ। ਤੀਜੀ ਗੱਲ, ਜਿੰਨੀ ਰੋੜੇ ਪੱਥਰ ਵਾਲੀ ਜ਼ਮੀਨ ਹੈ, ਕਿਰਾਏ ਵਾਲੇ ਵਾਹਣ ਹੈ, ਜਾਂ ਭਾਈ ਸਾਹਿਬ ਉੱਥੇ 5 ਕਿਲੋ ਤੋਂ ਲੈ ਕੇ 6 ਕਿਲੋ ਦਾ ਕੋਸਾ ਮਿਲ ਗੋਲਡ ਪਾਓ, ਨੰਗੇ ਪੈਰ ਚਲੋ, ਜ਼ਮੀਨ ਨੂੰ ਜਮਾਂ ਕੋਲੀ ਕੱਢੂਗੀ। ਜਿੰਨੇ ਵੀ ਬੰਬ ਬਲਾਸਟ ਹੁੰਦੇ ਹੈ, ਉਹਦੇ ਵਿੱਚ 2 ਚੀਜ਼ਾਂ ਪੈਂਦੀਆਂ, ਸਲਫਰ ਤੇ ਪੋਟਾਸ਼। ਜਿੱਥੇ ਤੁਸੀਂ ਕੋਸਾ ਮਿਲ ਗੋਲਡ ਪਾਓਗੇ, ਨਾਲ ਦੇ ਨਾਲ ਜ਼ਮੀਨ 'ਤੇ ਬੰਬ ਬਲਾਸਟ ਕਰ ਦੂਗੀ, ਜ਼ਮੀਨ 'ਤੇ ਰੋਮ ਖੋਲ ਦੂਗੀ, ਮਸਾਨ ਖੋਲ ਦੂਗੀ। ਇਸ ਤੋਂ ਇਲਾਵਾ ਜਿਹੜੀ ਆਪਣੀ ਜ਼ਿੰਦਾ ਜੀਵਤ ਹੈ, ਇਹ ਜਿਹਨ ਦੇ ਬਾਰੇ ਤੁਹਾਨੂੰ ਪਹਿਲੇ ਦੱਸ ਚੁੱਕਿਆ ਹੈ, ਇਹ ਦੇਖੋ ਕਿਸ ਤਰ੍ਹਾਂ ਖੋਲਦੀ ਹੈ, ਕਿਉਂਕਿ WTG ਟੈਕਨੋਲੋਜੀ ਦੀ ਅਤੇ ਐਸੀ ਟੈਕਨੋਲੋਜੀ ਦੇ ਸਮੀਰ ਕੈਮੀਕਲ ਨੰਬਰ 1 ਕੰਪਨੀ ਹੈ। ਇਹਦੇ ਵਿੱਚ ਜਿਹੜੀ ਜ਼ਿੰਦਾ ਜੀਵਤ ਹੈ, ਆਮ ਜਿਹੜੀ ਜ਼ਿੰਦਾ ਜੀਵਤ ਹੈ, ਉਹਦਾ ਹਰੇਕ ਫਸਲ ਦੇ ਵਿੱਚ 25 ਦਿਨ ਤੋਂ ਲੈ ਕੇ 30 ਦਿਨ ਤੱਕ ਅਸਰ ਰਹਿੰਦਾ ਹੈ। ਇਹਦਾ ਸ਼ੁਰੂ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਅਖੀਰ ਤੱਕ ਪੂਰਾ ਰਹਿੰਦਾ ਹੈਗਾ। ਦੂਜੀ ਗੱਲ, ਇਹ ਜਿਹੜੀ ਜ਼ਿੰਦਾ ਜੀਵਤ ਹੈ, ਇਹ ਆਪਾਂ DAP ਦੇ ਵਿੱਚ ਮਿਲਾ ਸਕਦੇ ਹਾਂ, ਆਮ ਆਪਾਂ ਜਿਹੜੀ ਦੂਜੀ ਜੀਵਤ ਹੈਗੀ ਉਹ ਨਹੀਂ ਮਿਲਾ ਸਕਦੇ। ਸੋ ਇਹਦੇ ਤਜਰਬੇ ਤੌਰ 'ਤੇ, ਟ੍ਰਾਇਲ ਤੌਰ 'ਤੇ 5-5, 7-7, 10-10 ਕਿੱਲਿਆਂ ਦੇ ਵਿੱਚ ਪਾ ਕੇ ਦੇਖੋ ਭਾਈ ਸਾਹਿਬ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ। ਇਹਦੇ ਡਿਸਟ੍ਰੀਬਿਊਟਰ ਜਿਹੜੇ ਹੈਗੇ ਇੱਕ ਬਰਸੀ ਜੀਵਤ, ਇੱਥੇ ਆਪਣੇ ਪਿੰਡਾਂ ਹੀ ਹੈਗੇ, ਉਹਨਾਂ ਕੋਲ ਵੀ ਹੈਗੀ ਹੈ, ਅਤੇ ਨਾਲ ਆਪਣੇ ਵਿਸ਼ਾਲ ਟ੍ਰੇਡਿੰਗ ਕੰਪਨੀ ਵਾਲੇ ਲਹਿਰਾ ਗਾਗਾ ਦੇ ਵਿੱਚ ਉਹਨਾਂ ਦੇ ਕੋਲ ਏਜੰਸੀ ਹੈ। ਸੋ ਤਜਰਬੇ ਤੌਰ 'ਤੇ ਟ੍ਰਾਇਲ ਤੌਰ 'ਤੇ 5-5, 4-4 ਕਿੱਲਿਆਂ ਦੇ ਜ਼ਰੂਰ ਪਾਉਂਦੇ। ਠੀਕ ਹੈ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।